ਕਹਿੰਦੇ ਕਿਸੇ ਦੇ ਔਗਣ ਵੇਖ ਕੇ ਜੇ ਰੌਲਾ ਪਾਉਣ ਨੂੰ ਚਿੱਤ ਕਰੇ ਆਖੋ ਸਾਧਨ ਹਾਂ ਇਹ ਹੈਗਾ ਜੇ ਕਈ ਵਾਰੀ ਕਿਸੇ ਦੀ ਕਮੀ ਵੇਖ ਕੇ ਤੇ ਦਿਲ ਕਰਦਾ ਰੌਲਾ ਪਾਈ ਦੱਸੀਏ ਪੰਜਾਂ ਸੱਤਾਂ ਦਾ ਕਹਿੰਦੇ ਕਿਸੇ ਦੇ ਔਗਣ ਵੇਖ ਕੇ ਜੇ ਰੌਲਾ ਪਾਉਣ ਨੂੰ ਚਿੱਤ ਕਰੇ अपने औगुणा की पंड ते झाती पा ली रोला पाउण तो बच जाए गज के आखो साथा ये बड़ी बड़ी बात है। कई बार दिल करता है फलाने दे औगुणा बारे रोला पाव कहिंदे किसे दे औगुण वेख के रोला पाण दे जत करे अपने औगुणा दी पंड वेख नहीं निंदिया रूपी रोला पाण तो बच जाएगा गज के आखो सास भूले ऐसा निंदिया इन्नी माड़ी है दूजे की जड़ी गंदगी की पंड साढ़े सिर से आ जाए कर्म इधर आ जाते इतनी माड़ी तुसी फिर बाणी तो दलील सुनी सी चोर यार जुआर ते बुरा अणहोंदा भार निंदक सिर धरा जेड़ा भार ते चकना ही नहीं सी बड़े गल ध्यान ना सुने पांच सात मिनट मैं सुनाती गा एक है अपने कर्म वरतदे है निंदिया इन्नी माड़ी है कि दूजे दे माड़े कर्म वो भी आप चक लें आखो साधना गलू बड़े ध्यान हम होंदा भार निंदक सिर धरे एक होंगी इतिहासक कथा एक होंगी कोई समझाने लई दलील प्रमाण भी गल सामने किवें आवे वेसवा ने तो सारी जिंदगी पाप कीते पुजारी ने सारी जिंदगी निंदा की थी। मंदिर के सामने सी मरे भी कट्ठे मत्था टेकन आ रही सी वेसवा ने धक्का मारे ओदी मौत दिल छोटा सी पुजारी का वेख्या मेरे हथों से खून हो गया वो भी दोवें कट्ठे गए धर्मराज ने वेसुंदर जो कहता भी मैं तो पुजारी ये वेसवा भुलते नहीं गए कहते जेड़ा मंदिर मत्था टेकन आता सी तुसी इहदी निंदिया करदे सी ते इहदा सारा भार तुसी चक्किया निंदिया दा आखो सतनाम तुहाडे लई नरक ने इहदे लई इन्नी माड़ी समझाउण लई दलील देणी कोई साधक बंदा सी साधक साधना करने वाला ओदे जवाई का हाथ टाइट हो गए उन्हें 3 लाख की मदद दिती जवाई का काम चल पाया डबल चल पाया जेडे साधक ने जवाई की मदद की थी साल 2 साल बाद तेरा काम चल पाया मोड़ नहीं उन्हें फिर आख्या भी बेटा काम तेरा चल पाया हूं तू मेरा मोड़ दे 3 लाख भी कृपा हो गई है रोटी पानी भी निकल रहा है होर भी मेरे नफा भी काफी हो गया जवाई ने
ਪੈਸੇ ਨਾ ਦਿੱਤੇ। ਸਾਧਕ ਨਿੰਦਕ ਬਣ ਗਿਆ ਜਿਹੜਾ ਮਿਲੇ। ਆਹ ਵੇਖੋ ਮੇਰੇ ਜਵਾਈ ਨੇ ਆ ਕੀਤਾ ਜੀ, ਆਹ ਪ੍ਰਸਾਦ ਜਿਹੜਾ ਮਿਲੇ ਆ ਮੇਰੇ ਜਵਾਈ ਨੇ ਆ ਕੀਤਾ। ਮੇਰਾ ਦਿਲ ਲੱਗ ਵੇਖੋ ਕੰਮ ਹੀ ਚੱਲ ਪਿਆ, ਮੈਂ ਉਹ ਕਹਿੰਦੇ ਮਦਦ ਕੀ ਨਹੀਂ ਦਿੰਦਾ ਜੀ। ਪ੍ਰਮਾਣ ਨੇ ਉਸ ਸਾਧਕ ਦੀ ਨਿੰਦਿਆ ਕਰਨ ਦੇ ਨਾਲ ਮਾਨਸਿਕ ਅਵਸਥਾ ਤੇ ਸਰੀਰਕ ਅਵਸਥਾ ਦੋਵੇਂ ਹਿੱਲ ਗਈਆਂ, ਮਨ ਜੁੜਨਾ ਖਤਮ ਹੋ ਗਿਆ ਸਾਧਨਾ ਚ। ਆਖੋ ਸਾਧਨਾ, ਸਾਧਨਾ ਫਿੱਕੀ ਪੈ ਗਈ। ਉਹ ਰਸ ਖਤਮ ਹੋ ਗਿਆ, ਉਹ ਸਾਧਕ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਸੀ ਤੇ ਮਹਾਂਪੁਰਸ਼ਾਂ ਕੋਲ ਗਿਆ, ਕਹਿਣ ਲੱਗਾ ਜੀ ਸਾਧਨਾ ਫਿੱਕੀ ਪੈ ਗਈ, ਅੰਦਰ ਦਾ ਰਸ ਖਤਮ ਹੋ ਗਿਆ। ਜਿਹੜਾ ਰਸ ਸੀ ਨਾ ਉਹ ਖਤਮ ਹੋ ਗਿਆ, ਸਾਧਨਾ ਫਿੱਕੀ ਹੋ ਗਈ। ਉਹਨਾਂ ਪੁੱਛਿਆ ਕੋਈ ਜ਼ਿੰਦਗੀ ਜੀ, ਕਹਿੰਦਾ ਹਾਂ ਜੀ ਜਵਾਈ ਦੀ ਨਿੰਦਿਆ ਬੜੀ ਹੋਈ। ਆਖੋ ਸਾਧਨਾ, ਮੇਰੇ ਕੋਲੋਂ ਇੰਜ ਹੈ ਮੈਂ ਸੱਚਾ ਉਹ ਝੂਠਾ ਹੈ, ਪਰ ਮੈਂ ਨਿੰਦਿਆ ਬਹੁਤ ਕਰਦੀ ਹੋਈ। ਹੋਏ ਹੋਏ ਹੋਏ, ਇਸ ਕਰਕੇ ਕਹਿੰਦੇ ਜੇ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਉਹ ਫਿਰ ਬਚਾਉ ਲੈਂਦੇ। ਮਹਾਂਪੁਰਸ਼ ਕਹਿੰਦੇ ਤੇਰੀ ਸਾਰੀ ਸਾਧਨਾ ਫਿੱਕੀ ਪੈਣ ਦਾ, ਰਸ ਖਤਮ ਹੋਣ ਦਾ ਕਾਰਨ ਇਹ ਨਿੰਦਿਆ ਹੈ। ਭਾਵੇਂ ਜਵਾਈ ਗਲਤ ਹੈ ਪਰ ਤੇਰੀ ਨਿੰਦਿਆ ਦੇ ਨਾਲ ਜਿਹੜਾ ਬੰਦੇ ਨਾਲ ਤੂੰ ਨਿੰਦਿਆ ਕਰਦਾ ਉਹ ਜਦੋਂ ਉਹਨੂੰ ਜਾ ਕੇ ਗੱਲ, ਉਹ ਜਵਾਈ ਦਾ ਮਨ ਜਿਹੜਾ ਨਾ ਦੁਖੀ ਹੁੰਦਾ ਸੀ, ਉਹਨੂੰ ਦੁੱਖ ਮਿਲਦਾ ਸੀ, ਉਹਦਾ ਜਿਹੜਾ ਦੁੱਖ ਮਿਲਦਾ ਸੀ ਨਾ ਆਤਮਾ ਨੂੰ, ਉਹ ਦੁੱਖ ਕਈ ਗੁਣਾ ਵੱਧ ਕੇ ਤੇਰੇ ਕੋਲ ਆ ਰਿਹਾ। ਗੱਲ ਸਮਝੋ, ਜਿਹਦੇ ਨਾਲ ਤੂੰ ਨਿੰਦਿਆ ਕਰਨੀ, ਜਦੋਂ ਉਹਨੂੰ ਮਿਲਣਾ ਜਵਾਈ ਨੂੰ, ਉਹਨੇ ਤੁਹਾਨੂੰ ਪਤਾ ਦੁਨੀਆਂ ਦਾ ਰਿਵਾਜ ਹੈ ਦੁੱਖ ਹੋਣਾ, ਉਹ ਫਿਰ ਦੁੱਖ ਕਈ ਗੁਣਾ ਵੱਧ ਕੇ ਤੇਰੇ ਆ ਲਾ ਗਿਆ। ਸਾਧਨਾ ਫਿੱਕੀ ਪੈ ਗਈ। ਉਹ ਅੱਗੋਂ ਸਾਧਕ ਕਹਿੰਦਾ ਜੀ ਮਹਾਂਪੁਰਸ਼ੋ ਕੀ ਕਰਾਂ, ਕਹਿਣ ਲੱਗੇ ਦੋ ਤਿੰਨ ਲਿਫਾਫੇ ਫਰੂਟ ਦੇ ਲੈ ਤੇ ਜਵਾਈ ਦੇ ਘਰ ਜਾ, ਮਾਫੀ ਮੰਗ, ਮਨ ਨੀਵਾਂ ਕਰਕੇ ਜਾ। ਕਹਿੰਦਾ ਜੀ ਗਲਤ ਹੋ ਤੇ ਮਾਫੀ ਮੈਂ ਮੰਗਾ। ਆਖੋ ਸਾਧਨਾ, 3 ਲੱਖ ਉਹ ਨਹੀਂ ਦੇ ਰਿਹਾ ਤੇ ਮਾਫੀ ਮੈਂ ਮੰਗਾ। ਕਹਿੰਦੇ ਹਾਂ 3 ਲੱਖ ਦੇਣਾ ਨਾ ਦੇਣਾ ਅਲੱਗ ਸਬਜੈਕਟ ਹੈ, ਜਿਹੜੀ ਤੇਰੇ ਕੋਲੋਂ ਇੰਨੀ ਨਿੰਦਿਆ ਹੋਈ ਹੈ ਉਸ ਲਿੱਦ ਦੀ ਢੇਰੀ ਨੂੰ ਖਤਮ ਕਰਨਾ। ਕਹਿ ਦਿਓ ਗੱਜ ਕੇ ਸਾਧ, ਉਹ ਢੇਰੀ ਲੱਗ ਗਈਆਂ ਲਿੱਦ ਦੀ। ਮਹਾਂਪੁਰਸ਼ ਕਹਿੰਦੇ ਨਹੀਂ ਜਾਣਾ ਨਾ ਜਾ, ਪਰ ਇੱਕ ਗੱਲ ਸੁਣ ਲੈ, ਨਾ ਚੈਨ ਨਾਲ ਜੀ ਸਕੇਗਾ ਤੇ ਨਾ ਚੈਨ ਨਾਲ ਮਰ ਸਕੇਗਾ। ਚੈਨ ਨਾਲ ਜੀ ਵੀ ਨਹੀਂ ਸਕੇਗਾ, ਮਰ ਵੀ ਨਹੀਂ ਸਕੇਗਾ। ਤੇ ਜੇ ਮਨ ਬਣਾ ਰਿਹਾ ਤੇ ਜਾਈ ਮਨ ਨੀਵਾਂ ਕਰ। ਤੇਰੇ ਕੋਲ ਸਮਰੱਥਾ ਸੀ, ਤੂੰ ਤਾਂ ਹੀ 3 ਲੱਖ ਦਿੱਤੇ, ਇਸ ਲੱਖ ਦਿੱਤੇ, ਇਸ ਲਈ ਪੈਸਾ ਸਭ ਕੁਝ ਨਹੀਂ ਹੁੰਦਾ। ਅੰਦਰ ਦੀ ਆਤਮਾ ਦਾ ਰਸ ਵੱਡਾ, ਉਹ ਤੇਰਾ ਨਿਕਲ ਗਿਆ, ਉਹ ਖਤਮ ਹੋ ਗਿਆ ਫਿਰ। ਸੁਣਿਓ ਜੀ ਗੱਲ, ਇਹ ਇੱਕ ਇਤਿਹਾਸਕ ਕਥਾ ਹੁੰਦੀਆਂ, ਇੱਕ ਹਰ ਗਈਆਂ ਕਥਾ ਕਹਾਣੀਆਂ, ਇੱਕ ਪ੍ਰਮਾਣ ਹੁੰਦੇ ਨੇ ਸਮਝਾਉਣ ਲਈ, ਸੌਖਾ ਪਤਾ ਲੱਗ ਜਾਏ। ਇਹ ਜੀ ਫਰੂਟ ਦੇ 2-3 ਲਿਫਾਫੇ ਲਏ ਤੇ ਸਾਧਕ ਗਿਆ ਜਵਾਈ ਦੇ। ਓ ਹੋ ਹੋ, ਉਹ
वो परिवार हैरान हो गया, हैरान हो गया। जवाई ने पैरी हाथ लाया, बच्चे कह नाना जी आए, आप साधन नाना जी आए। साधक कहता मैं माफी मंगन आया। अगों जवाई कहता जी माया तो मैं देनी थोड़ी, आप साधन गलती मेरी है। वो कहते भी मेरे को आलोचना बहुत हुई तेरी, मेरे को निंदा बड़ी हुई तेरी, मैं माफी मंगना। वो कहते जी गलती मेरी है, मैं तिल लख नहीं दिता थोड़ा, मेरे को हूं सब कुछ है, तुसी आ गए हो। दूजे दिन घर च तनेड़ा वधदियां गईयां, तुसी पहल करती है, इंज अलमारी का बूहा खोलन लगा, 3 लाख कट के उन्हें बांह फड़ ली। साधक ने सहरे कहिंदा मैं कोडियां लैण नहीं आया, आखो साधक हां अज मैं कोडियां लैण नहीं आया, निंदिया करके जेड़ा मेरा अंदर खाली हो गया, अज मैं तुहाडे सारे परिवार की असीस ले आया, मेरा अंदर भर जाए कि जकारा दो प्यार दे। अंदर सुरजीत करना आया, गज के आखो सब अंदर खाली हो गया। वो जवाई ने प्रशादा पानी छकाया, कहन लगे साडे कोई गल नहीं माने, आप जी आए हो कृपा कीती है, वो साधक ने लिखत ली अपने जवाई नूं कहण लगा बेटा और 15 मिनट अद्धे घंटे तक मैं घर मुड़ना, पर मैनू अज पता लगा जिहदी निंदिया उहदे कोलों इंज माफी मंगण नाल जिहदा उहदा हिरदा दुखी होया, वो मैनूं अज पता लगा बेटा अजे मैं घर नहीं पहुंचया, मेरा अद्धे तो आनंद वापस आ चुका है। आखो साधना अद्धे तो वध शांति मैनूं आ चुकी है। चोर यार जवार ते गोरा अणहोंदा भार, निंदक सिर धरा बिना वजह भार सिर ते आ जांदा है, ਇਹਦੇ ਤੋਂ ਬਚ ਕੇ ਰਹੀਏ। ਕੱਜ ਕੇ ਆਖੋ ਸਤਨਾਮ।